ਬੋਲਣਾ ਨਹੀਂ ਸੀ ਚਾਹੁੰਦਾ, ਪਰ ਬੋਲਣਾ ਇਹ ਪੈ ਗਿਆ। ਚੁੱਪ ਰਿਹਾ ਵੀ ਹੋਇਆ, ਮੁੱਦਾ ਪੰਜਾਬ ਜੋ ਆ ਗਿਆ। ਹੁਣ ਚੁੱਭਣੀਆਂ ਬਹੁਤੀਆਂ ਮੇਰੀਆਂ ਇਹ ਗੱਲਾਂ, ਅਸੀਂ ਆਪ ਹੀ ਬਣਾਉਂਦੇ ਸਰਕਾਰ ਹਾਂ। ਜੋ ਅੱਜ ਨੇ ਹਾਲਾਤ ਹੈ ਪੰਜਾਬ ਦੇ, ਇਹਦੇ ਅਸੀਂ ਖੁਦ ਜ਼ਿੰਮੇਵਾਰ ਹਾਂ। ਹੱਥੀਂ ਦੇ ਵੋਟਾਂ ਪਹਿਲਾਂ ਲੀਡਰ ਬਣਾਈਦਾ, ਫਿਰ ਪੈਸੇ ਦੇ ਕੇ ਉਸ ਤੋਂ ਆਪਣਾ ਕੰਮ ਕਰਵਾਈਦਾ। ਅਸੀਂ ਆਪ ਹੀ ਲੀਡਰਾਂ ਨੂੰ ਲਾਲਚ ਵਿੱਚ ਪਾਉਂਦੇ, ਜਿਹੜੀ ਪਹੁੰਚ ਹੁੰਦੀ ਉਹ ਤਾਂ ਪੈਸੇ ਨਾਲ ਕਰਵਾਉਂਦੇ। ਬਸ ਕੁਰਸੀ ਪਿਆਰੀ ਹੁੰਦੀ, ਹੁੰਦੀਆਂ ਨੂੰ ਭੁੱਲ ਜਾਂਦੇ ਉਹ ਕਿ ਅਸੀਂ ਪੰਜਾਬ ਦੇ ਹੀ ਪਹਿਰੇਦਾਰ ਹਾਂ। ਜੋ ਅੱਜ ਨੇ ਹਾਲਾਤ ਹੈ ਪੰਜਾਬ ਦੇ, ਅਸੀਂ ਖੁਦ ਜ਼ਿੰਮੇਵਾਰ ਹਾਂ। ਜੋ ਅੱਜ ਨੇ ਹਾਲਾਤ ਹੈ ਪੰਜਾਬ ਦੇ, ਅਸੀਂ ਖੁਦ ਜ਼ਿੰਮੇਵਾਰ ਹਾਂ। ਜਾਤਾਂ ਪਾਤਾਂ ਵਿੱਚੋਂ ਸਾਨੂੰ ਰਹਿੰਦੇ ਫੜਕਾਉਂਦੇ, ਧਰਮਾਂ ਦੇ ਨਾਂ ਤੇ ਰਹਿੰਦੇ ਉਹ ਦੰਗੇ ਨੇ ਕਰਾਉਂਦੇ। ਚਾਲਾਂ ਚੱਲਦੀਆਂ ਰਹਿਣ ਹਰ ਵੇਲੇ ਸਰਕਾਰਾਂ, ਪਤਾ ਉਹਨਾਂ ਨੂੰ ਇਹ ਹੁੰਦਾ ਟੂਰੇ ਆਉਣਾ ਸਰਦਾਰਾਂ। ਸਾਨੂੰ ਆਪਣਿਆਂ ਮੂੰਹ ਚ ਲੜਾਉਂਦੇ ਰਹਿੰਦੇ ਓ, ਅਸੀਂ ਇੱਕ ਦੂਜੇ ਉੱਤੇ ਖਾਈ ਜਾਂਦੇ ਖਾਰ ਹਾਂ। ਜੋ ਅੱਜ ਨੇ ਹਾਲਾਤ ਹੈ ਪੰਜਾਬ ਦੇ, ਅਸੀਂ ਖੁਦ ਜ਼ਿੰਮੇਵਾਰ ਹਾਂ। ਜੋ ਅੱਜ ਨੇ ਹਾਲਾਤ ਹੈ ਪੰਜਾਬ ਦੇ, ਅਸੀਂ ਖੁਦ ਜ਼ਿੰਮੇਵਾਰ ਹਾਂ। ਕੀਤਾ ਸੀਗਾ ਰਾਜ ਕਦੇ ਰਾਜੇ ਰਣਜੀਤ ਨੇ, ਤੇ ਰੋਟੀ ਹਰ ਕੋਈ ਖਾਂਦਾ ਸੀ ਸਕੂਨ ਨਾਲ। ਹੁਣ ਰਾਜਨੀਤੀ ਬਣ ਗਈ ਖੇਡਿੰਦਾ ਵੀ, ਲੋਕ ਖੇਡਦੇ ਨੇ ਆਪਣੇ ਹੀ ਖੂਨ ਨਾਲ। ਬਹੁਤ ਦੁੱਖ ਲੱਗਿਆ ਏ ਮੈਨੂੰ ਗੱਲਾਂ ਏ ਦੱਸ ਕੇ, ਕਹਿੰਦਾ ਸਖੋਵਾਲ ਸਾਬੀ ਅਸੀਂ ਕਹਿਣ ਨੂੰ ਤਾਂ ਇੱਕ ਪਰਿਵਾਰ ਹਾਂ। ਜੋ ਅੱਜ ਨੇ ਹਾਲਾਤ ਏ ਪੰਜਾਬ ਦੇ, ਅਸੀਂ ਖੁਦ ਜ਼ਿੰਮੇਵਾਰ ਹਾਂ। ਜੋ ਅੱਜ ਨੇ ਹਾਲਾਤ ਹੈ ਪੰਜਾਬ ਦੇ, ਅਸੀਂ ਖੁਦ ਜ਼ਿੰਮੇਵਾਰ ਹਾਂ। ਜੋ ਅੱਜ ਨੇ ਹਾਲਾਤ ਹੈ ਪੰਜਾਬ ਦੇ, ਅਸੀਂ ਖੁਦ ਜ਼ਿੰਮੇਵਾਰ ਹਾਂ। ਜੋ ਅੱਜ ਨੇ ਹਾਲਾਤ ਹੈ ਪੰਜਾਬ ਦੇ, ਅਸੀਂ ਖੁਦ ਜ਼ਿੰਮੇਵਾਰ ਹਾਂ।